ਸਭ ਤੋਂ ਪਹਿਲਾਂ ਸਾਰੇ ਮੀਡੀਆ ਵਾਲੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਸਰਕਾਰ ਦਾ ਅਕਸਰ ਪੂਰਾ ਹੋਣ 'ਤੇ ਜਿਹੜਾ ਵੇਰਵਾ ਅੱਜ ਅਸੀਂ ਦੇਵਾਂਗੇ ਕਿ ਵੱਖ ਵੱਖ ਜਿਹੜੇ ਸਾਨੂੰ ਐਜ਼ ਅ ਮਿਨਿਸਟਰ ਵਿਭਾਗ ਦਿੱਤੇ ਗਏ ਉਹਨਾਂ ਵਿੱਚ ਕਿਸ ਤਰੀਕੇ ਲੋਕਾਂ ਨੇ ਜੋ ਜ਼ਿੰਮੇਵਾਰੀਆਂ ਦਿੱਤੀਆਂ ਸੀ ਨਿਭਾਈਆਂ, ਕਿਸ ਤਰੀਕੇ ਕਿੰਨਾ ਕੰਮ ਕਰਨ ਦੇ ਵਿੱਚ ਕਾਮਯਾਬ ਹੋਏ ਆ। ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀ ਚੁਣੀ ਹੋਈ ਸਰਕਾਰ, ਲੋਕਾਂ ਦੀ ਚੁਣੀ ਹੋਈ ਸਰਕਾਰ ਦਾ ਇੱਕ ਸਾਲ ਪੂਰਾ ਹੋਣ 'ਤੇ ਮੈਂ ਬਹੁਤ ਸਾਰੀਆਂ ਜਿਹੜੀਆਂ ਮੁਬਾਰਕਾਂ ਦਿੰਦੀ ਹਾਂ। ਦੇਖੋ ਇੱਕ ਸਾਲ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੀਐਮ ਸਾਹਿਬ ਦੀ ਅਗਵਾਈ ਵਿੱਚ ਅਸੀਂ ਜਿਸ ਤਰੀਕੇ ਕੰਮ ਕੀਤਾ, ਜਿਸ ਸਪੀਡ ਨਾਲ ਕੰਮ ਕੀਤਾ, ਮੇਰੇ ਖਿਆਲ 'ਚ ਕਿ ਪਿਛਲੇ ਬੜੇ ਵੱਡੇ ਸਮੇਂ ਦੌਰਾਨ ਕਿਸੇ ਵੀ ਸਰਕਾਰ ਦੌਰਾਨ ਇੰਨੀ ਸਪੀਡ ਨਾਲ ਇਲੈਕਸ਼ਨ ਤੋਂ ਪਹਿਲਾਂ ਵੀ 6 ਮਹੀਨੇ ਪਹਿਲਾਂ ਕੰਮ ਕਰਨ ਲੱਗ ਗਏ ਤਾਂ ਵੀ ਉਹਨਾਂ ਦਾ ਜਿਹੜੇ ਬੋਲੇ ਗਏ ਕੰਮ ਸੀ ਉਹ ਪੂਰੇ ਨਹੀਂ ਹੁੰਦੇ ਸੀ ਕਦੇ। ਸੋ ਸਭ ਤੋਂ ਪਹਿਲਾਂ ਸੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ, ਸਾਡੇ ਨੈਸ਼ਨਲ ਕਨਵੀਨਰ ਸੀਐਮ ਸਾਹਿਬ ਨੇ, ਭਗਵੰਤ ਮਾਨ ਜੀ ਨੇ ਗਰੰਟੀਆਂ ਦਿੱਤੀਆਂ ਸੀ ਪੰਜਾਬ ਦੇ ਲੋਕਾਂ ਨੂੰ ਕਿ ਅਸੀਂ ਜਿਹੜੇ ਕੁਛ ਕੰਮ ਨੇ ਇਹ ਗਰੰਟੀਆਂ ਦੇ ਰਹੇ ਹਾਂ ਅਤੇ ਇਹਨਾਂ ਨੂੰ ਪੂਰੇ ਕਰਾਂਗੇ। ਉਹਨਾਂ ਦੇ ਵਿੱਚ ਇੱਕ ਬਹੁਤ ਵੱਡੀ ਗਰੰਟੀ ਸੀ ਜਿਹਦੇ 'ਤੇ ਵਿਰੋਧੀਆਂ ਦੁਆਰਾ ਇਹ ਵੀ ਕਿਹਾ ਗਿਆ ਕਿ ਸ਼ਾਇਦ ਇਹ ਸਾਡੇ ਤੋਂ ਪੂਰੀ ਨਹੀਂ ਹੋਣੀ, ਇਹ ਇਹਨਾਂ ਦੀਆਂ ਗੱਲਾਂ ਨੇ। ਪਰ 300 ਯੂਨਿਟ ਦੀ ਬਿਜਲੀ ਜਿਹੜੀ ਅਸੀਂ ਹਰ ਮਹੀਨੇ ਮਾਫ਼ ਕੀਤੀ ਉਹ ਅੱਜ 90% ਤੋਂ ਉੱਪਰ ਜਿਹੜੇ ਪਰਿਵਾਰ ਨੇ ਪੰਜਾਬ ਦੇ ਉਹਦੀ ਜਿਹੜੀ ਸਹੂਲਤ ਲੈ ਰਹੇ ਨੇ, ਉਹਨਾਂ ਨੂੰ ਬਿਜਲੀ ਦਾ ਬਿੱਲ ਮੁਫ਼ਤ ਹੈ। ਬਹੁਤ ਵੱਡੀ ਗੱਲ ਹੈ ਕਿ 90% ਤੋਂ ਉੱਪਰ ਲੋਕਾਂ ਨੂੰ ਬਿਜਲੀ ਦੇ ਬਿੱਲ ਦਾ ਭੁਗਤਾਨ ਨਹੀਂ ਕਰਨਾ ਪੈ ਰਿਹਾ। ਸੋ ਦੂਸਰਾ ਨੌਕਰੀਆਂ ਦਾ ਜਿਹੜਾ ਪੰਜਾਬ ਦੇ ਵਿੱਚ ਬਹੁਤ ਵੱਡਾ ਮੁੱਦਾ ਹੈ ਕਿ ਪੰਜਾਬ ਦੇ ਜਿਹੜੇ ਨੌਜਵਾਨ ਆ ਨੌਕਰੀਆਂ ਨਹੀਂ ਮਿਲਦੀਆਂ ਤੇ ਬਾਹਰ ਜਾ ਰਹੇ ਆ। 27,000 ਦੇ ਜਿਹੜੀਆਂ ਤਕਰੀਬਨ ਨੌਕਰੀਆਂ ਸੀਐਮ ਸਾਹਿਬ ਨੇ ਉਹਨਾਂ ਨੂੰ ਜਿਹੜੇ ਨਿਯੁਕਤੀ ਪੱਤਰ ਦਿੱਤੇ ਨੇ, ਬਹੁਤ ਸਾਰੀਆਂ ਹੋਰ ਅੱਗੇ ਆ ਰਹੀਆਂ ਨੇ। ਸੋ ਇਹ ਬਹੁਤ ਵੱਡੀ ਗੱਲ ਆ ਕਿ ਪਹਿਲੇ ਸਾਲ ਦੇ ਵਿੱਚ ਜਿੱਥੇ ਸਾਡੇ ਕੋਲ ਸਾਰਾ ਸਿਸਟਮ ਉਲਝਾ ਕੇ ਦਿੱਤਾ ਗਿਆ, ਤਾੜਾ ਵਾਲਾ ਉਲਝਾ ਕੇ ਦਿੱਤਾ ਗਿਆ, ਹਰ ਵਾਰ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹ ਖਜ਼ਾਨੇ ਨੂੰ ਖਾਲੀ ਕਹਿੰਦੀਆਂ ਸੀ ਤੇ ਸਾਡੀ ਸਰਕਾਰ ਨੇ ਸਾਫ਼ ਨੀਤ ਤੇ ਇਮਾਨਦਾਰੀ ਨਾਲ, ਕਿਉਂਕਿ ਲੋਕਾਂ ਦੀ ਆਪਣੀ ਸਰਕਾਰ ਸੀ, ਆਪਣੀ ਧੀ ਪੁੱਤ ਉਹਨਾਂ ਨੇ ਵਿਧਾਨ ਸਭਾ 'ਚ ਬਿਠਾਏ ਤੇ ਸਾਰਿਆਂ ਦੀ ਜਿਹੜੀ ਸਹਿਯੋਗ ਦੇ ਨਾਲ ਸਾਰੇ MLA ਸਾਹਿਬਾਨ, ਮੰਤਰੀ ਸਾਹਿਬਾਨ ਤੇ CM ਸਾਹਿਬ ਦੀ ਇੱਕ ਯੋਗ ਅਗਵਾਈ ਦੇ ਵਿੱਚ ਅਸੀਂ 27,000 ਜਿਹੜੀਆਂ ਤਕਰੀਬਨ ਨੌਕਰੀਆਂ ਜਿਹੜੀਆਂ ਉਹ ਪ੍ਰਦਾਨ ਕੀਤੀਆਂ। ਫਿਰ ਉਸ ਤੋਂ ਬਾਅਦ ਜਿਸ ਤਰੀਕੇ ਦਿੱਲੀ ਦੇ ਵਿੱਚ ਮੁਹੱਲਾ ਕਲੀਨਿਕ ਦੁਨੀਆ ਪੱਧਰ 'ਚ ਮਸ਼ਹੂਰ ਹੋਏ ਕਿ ਇਹ ਇੱਕ ਨਵਾਂ ਕਨਸੈਪਟ ਆ, ਮੁਹੱਲਾ ਕਲੀਨਿਕ ਬਣਾਏ ਗਏ ਜਿੱਥੇ ਲੋਕਾਂ ਨੂੰ ਬੇਸਿਕ ਜਿਹੜੀਆਂ ਸਹੂਲਤਾਂ ਦਵਾਈਆਂ ਮੁਫ਼ਤ ਮਿਲਦੀਆਂ ਸੀ। ਉਸੇ ਤਰਜ ਉੱਤੇ ਪੰਜਾਬ ਦੇ ਵਿੱਚ ਆਮ ਆਦਮੀ ਕਲੀਨਿਕ ਖੋਲ੍ਹੇ ਗਏ, 500 ਤੋਂ ਜ਼ਿਆਦਾ ਜਿਹੜੇ ਕਲੀਨਿਕ ਆ ਉਹ ਬਣਾਏ ਗਏ ਆ, ਜਿਹਦੇ 'ਚ 10 ਲੱਖ ਦੇ ਤਕਰੀਬਨ ਲੋਕਾਂ ਨੇ ਸਹੂਲਤ ਲਈ ਹੈ। 10 ਲੱਖ ਪਹਿਲੇ ਸਾਲ 'ਚ ਇਹਨੇ ਮੁਹੱਲਾ ਕਲੀਨਿਕ ਖੋਲ੍ਹਣੇ ਅਤੇ 10 ਲੱਖ ਲੋਕਾਂ ਨੂੰ ਸਹੂਲਤ ਦੇਣੀ, ਮੇਰੇ ਖਿਆਲ 'ਚ ਇੱਕ ਸਰਕਾਰ ਦੀ ਚੰਗੀ ਉਪਲਬਧੀ ਹੈ। ਕੰਮਾਂ ਦੀ ਸ਼ੁਰੂਆਤ ਕਰ ਦਿੱਤੀ ਹੈ, ਇਹਨੂੰ ਅੱਗੇ ਅਸੀਂ ਹੋਰ ਲੈ ਕੇ ਜਾਵਾਂਗੇ ਜਿਉਂ ਜਿਉਂ ਰੈਵਨਿਊ ਪੋਟੈਂਸ਼ੀਅਲ ਵਧਾਵਾਂਗੇ ਸਰਕਾਰ ਦਾ, ਇਹ ਜਿਹੜਾ ਸਾਰਾ ਉਲਝਿਆ ਹੋਇਆ ਤਾਣਾ ਬਾਣਾ ਠੀਕ ਕਰਾਂਗੇ, ਕਰਪਸ਼ਨ ਬਿਲਕੁਲ ਸਿਸਟਮ ਦੇ ਵਿੱਚੋਂ ਕੱਢੀ ਜਾਣੀ ਹੈ ਅਤੇ ਰੈਵਨਿਊ ਵੀ ਵੱਧ ਜਾਣਾ ਅਤੇ ਜਿਹੜੀਆਂ ਸਹੂਲਤਾਂ ਨੇ ਉਹ ਹੋਰ ਜ਼ਿਆਦਾ ਜਿਹੜੀਆਂ ਲੋਕਾਂ ਨੂੰ ਦਿੱਤੀਆਂ ਜਾ ਸਕਦੀਆਂ। ਫਿਰ ਸਕੂਲ ਆਫ ਐਮੀਨੈਂਸ 117 ਸਕੂਲ ਜਿਹੜੇ ਅਨਾਊਂਸ ਕੀਤੇ ਗਏ ਆ, 117 ਸਕੂਲ ਬੜੀ ਜਿਹੜੇ ਪੰਜਾਬ 'ਚ ਪੰਜਾਬ ਦੇ ਲੋਕਾਂ ਨੂੰ ਆਮ ਘਰਾਂ ਦੇ ਬੱਚਿਆਂ ਨੂੰ ਜਿਹੜੇ ਸਰਕਾਰੀ ਸਕੂਲਾਂ 'ਚ ਉਹੋ ਜਿਹੀ ਸਿੱਖਿਆ ਤੱਕ ਨਹੀਂ ਪਾ ਸਕਦੇ ਸੀ, ਸਕੂਲ ਆਫ ਐਮੀਨੈਂਸ ਜਿੱਥੇ ਉੱਚ ਪੱਧਰੀ ਪੜ੍ਹਾਈ ਬੱਚਿਆਂ ਨੂੰ ਤਕਨੀਕੀ ਸਿੱਖਿਆ ਤਰ੍ਹਾਂ ਦੀ ਦਿੱਤੀ ਜਾਊਗੀ ਉਹ ਬਣਾਏ ਜਾਣਗੇ। ਅਤੇ ਪੰਜਾਬੀ ਭਾਸ਼ਾ ਦਾ ਮੁੱਦਾ ਹਮੇਸ਼ਾ ਹੀ ਜਿਹੜਾ ਪੰਜਾਬ ਦਾ ਉਹ ਇੱਕ ਇਮੋਸ਼ਨਲ ਮੁੱਦਾ ਹੈ ਕਿ ਭਾਸ਼ਾ ਦੇ ਪ੍ਰਚਾਰ ਨੂੰ ਉਹਨਾਂ ਨਹੀਂ ਕੀਤਾ ਜਾ ਰਿਹਾ ਪ੍ਰਚਾਰ ਉਸ ਤਰੀਕੇ ਦਾ, ਪਰ ਸੀਐਮ ਸਾਹਿਬ ਨੇ ਜਿੰਨਾ ਇਹਨੂੰ ਇੱਕ ਕੰਪੇਨ ਦੇ ਤੌਰ 'ਤੇ ਲਿਆ ਕਿ ਜਿਹੜੇ ਪੰਜਾਬ ਦੇ ਜਿੰਨੀਆਂ ਦੁਕਾਨਾਂ ਨੇ ਵੱਡੇ ਸ਼ੋਅਰੂਮ ਨੇ ਹਰ ਜਗ੍ਹਾ ਉੱਤੇ ਪੰਜਾਬੀ ਹੈ ਜਿਹੜੀ ਪਹਿਲ ਦੇ ਆਧਾਰ 'ਤੇ ਉੱਪਰ ਲਿਖੀ ਜਾਵੇ ਸਾਡੀ ਮਾਂ ਬੋਲੀ ਹੈ। ਸੋ ਉਹ ਅੱਜ ਸਾਨੂੰ ਤੁਸੀਂ ਸਾਰੇ ਭਰਾ ਵੀ ਦੇਖਦੇ ਹੋਵੋਗੇ ਕਿ ਜਿੰਨੇ ਵੱਡੇ ਵੱਡੇ ਬ੍ਰਾਂਡਸ ਆ ਉਹ ਵਾਇਰਲ ਹੋਏ ਹੋਏ ਆ ਕਿ ਉਹਨਾਂ ਨੇ ਆਪਣਾ ਜਿਹੜਾ ਨਾਮ ਉਹ ਪੰਜਾਬੀ ਵਿੱਚ ਕਰ ਲਿਆ, ਅਤੇ ਇਹ ਕੰਪੇਨ ਨੂੰ ਅਸੀਂ ਹੋਰ ਤੇਜ਼ ਕਰਾਂਗੇ ਤਾਂ ਕਿ ਹਰ ਬੰਦੇ ਦੀ ਜਿਹੜੀ ਪਹਿਲੀ ਭਾਸ਼ਾ ਉਹ ਪੰਜਾਬੀ ਭਾਸ਼ਾ ਹੋਣੀ ਚਾਹੀਦੀ ਹੈ। SYL ਦੇ ਮੁੱਦੇ ਉੱਤੇ ਤੁਹਾਨੂੰ ਪਤਾ ਕਿ ਪਿਛਲੀਆਂ ਸਰਕਾਰਾਂ ਕਿਸ ਤਰੀਕੇ ਉਹਨਾਂ ਨੇ ਬੈਕ ਸਟੈਬਿੰਗ ਕੀਤੀ ਹੈ, ਪੰਜਾਬੀਆਂ ਨਾਲ ਸਟੈਂਡ ਨਹੀਂ ਲਿਆ, ਪਰ ਸੀਐਮ ਸਾਹਿਬ ਨੇ ਜਿਸ ਤਰੀਕੇ ਇੱਥੇ ਸਪਸ਼ਟ ਸਟੈਂਡ ਲਿਆ ਕਿ ਸਾਡੇ ਕੋਲ ਇੱਕ ਬੂੰਦ ਵੀ ਪਾਣੀ ਦੀ ਕਿਸੇ ਨੂੰ ਦੇਣ ਨੂੰ ਹੈ ਨਹੀਂ। ਸੋ ਇਹ ਇੱਕ ਪੰਜਾਬ ਦੇ ਲੋਕ ਇਹ ਚਾਹੁੰਦੇ ਸੀ
ਕਿ ਸਾਡੇ ਆਪਣੀ ਸਰਕਾਰ ਬਣੇ ਤੇ ਅਸੀਂ ਇਹਨਾਂ ਮੁੱਦਿਆਂ ਉੱਤੇ ਡਟ ਕੇ ਸਟੈਂਡ ਲਈਏ। ਸੋ ਇਸ ਲਈ ਕਿਉਂਕਿ ਇੱਕ ਜਿਹੜਾ ਪਾਣੀ ਦਾ ਪੱਧਰ ਡਾਊਨ ਜਾ ਰਿਹਾ ਹੈ, ਐਸ ਵਾਈ ਐਲ ਦਾ ਵੀ ਜਿਹੜਾ ਮੁੱਦਾ ਸੀ ਕਿ ਸਾਡੇ ਕੋਲ ਆਪਣੇ ਲਈ ਪਾਣੀ ਪੂਰਾ ਪੈਂਦਾ ਹੈ ਤੇ ਉਹਦੇ ਲਈ ਜਿਹੜਾ ਨਹਿਰੀ ਨੈਟਵਰਕ ਹੈ ਨਹਿਰੀ ਕਰਨਾ ਹੈ ਉਹਨੂੰ ਵੀ ਤੇਜ਼ ਕਰਨ ਦੇ ਲਈ ਉਪਰਾਲੇ ਕੀਤੇ ਜਾਣਗੇ ਤਾਂ ਕਿ ਜਿਹੜਾ ਉੱਪਰਲਾ ਨਹਿਰੀ ਪਾਣੀ ਉਹ ਖੇਤਾਂ ਵਿੱਚ ਵਰਤਿਆ ਜਾਵੇ ਤੇ ਜ਼ਮੀਨੀ ਪੱਧਰ ਤੇ ਜਿਹੜੀ ਗਿਰਾਵਟ ਆ ਰਹੀ ਹੈ ਪਾਣੀ 'ਚ ਉਹਨੂੰ ਕਿਸੇ ਤਰੀਕੇ ਰੋਕਿਆ ਜਾਵੇ। ਸੋ ਦੂਸਰਾ ਇੱਕ ਟਰਾਂਸਪੋਰਟ ਮਾਫੀਆ ਪੰਜਾਬ 'ਚ ਬੜੇ ਜ਼ੋਰਾਂ 'ਤੇ ਸੀਗੀਆਂ। ਦਿੱਲੀ ਤੱਕ ਜਿਹੜੀਆਂ ਬੱਸਾਂ ਇੱਕ ਪਰਿਵਾਰ ਦੀਆਂ ਚੱਲਦੀਆਂ ਸੀ ਉਹਦੇ ਨਾਲ ਪੰਜਾਬ ਸਰਕਾਰ ਦੇ ਖਜ਼ਾਨੇ 'ਚ ਪੈਸਾ ਨਹੀਂ ਆਉਂਦਾ ਸੀ। ਪੰਜਾਬ ਸਰਕਾਰ ਦੀਆਂ ਜਿਹੜੀ ਲੋਕਾਂ ਦੀਆਂ ਬੱਸਾਂ ਸੀ ਉਹ ਨਹੀਂ ਚੱਲਦੀਆਂ ਸੀ। ਹੁਣ ਪੀ ਆਰ ਟੀ ਸੀ ਜਿਹੜੀਆਂ ਵੋਲਵੋ ਬੱਸਿਸ ਨੇ ਉਹ ਦਿੱਲੀ ਤੱਕ ਜਾਂਦੀਆਂ ਨੇ, ਬਹੁਤ ਘੱਟ ਕਿਰਾਇਆ ਹੈ ਤੇ ਕਾਫੀ ਚੰਗੇ ਪੱਧਰ ਉੱਤੇ ਜਿਹੜਾ ਟਰਾਂਸਪੋਰਟ ਮਾਫੀਆ ਨੂੰ ਨੱਥ ਪਾਈ ਗਈ ਹੈ। ਫਿਰ ਪਬਲਿਕ ਮਾਈਨਸ ਦੇ ਵਿੱਚ 5.5 ਫੁੱਟ ਰੇਤਾ ਦੇ ਕੇ ਜਿਹੜੀਆਂ ਲੋਕਾਂ ਦੀਆਂ ਮਾਈਨਸ ਖੋਲੀਆਂ ਗਈਆਂ ਜਿੱਥੇ ਲੋਕ ਟਰਾਲੀ ਲੈ ਕੇ ਜਾਣ ਤੇ ਭਾਰੀ ਲਾਉਣੇ, ਬਹੁਤ ਵੱਡਾ ਇੱਕ ਸਰਕਾਰ ਦਾ ਫੈਸਲਾ ਹੈ ਤੇ ਲੋਕ ਇਸ ਤੋਂ ਕਾਫੀ ਖੁਸ਼ ਵੀ ਨੇ। ਇਸ ਤੋਂ ਇਲਾਵਾ ਐਂਟੀ ਕਰਪਸ਼ਨ ਜਿਸ ਕਰਕੇ ਆਮ ਆਦਮੀ ਪਾਰਟੀ ਦੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਜਿਹੜੀ ਐਂਟੀ ਕਰਪਸ਼ਨ ਮੂਵਮੈਂਟ ਚਲਾਈ ਸੀ ਜਿਹਤੋਂ ਲੈ ਕੇ ਆਮ ਆਦਮੀ ਪਾਰਟੀ ਬਣਾਈ ਗਈ, ਜਿਹਦੇ ਕਰਕੇ ਦਿੱਲੀ 'ਚ ਲਗਾਤਾਰ ਲੋਕ ਵਾਰੀ ਵਾਰੀ ਐਂਟੀ ਕਰਪਸ਼ਨ ਇੱਕ ਇਹਨਾਂ ਦੀ ਜਿਹੜੀ ਸਾਡੀ ਹਮੇਸ਼ਾ ਇਹ ਬੇਸ ਰਿਹਾ ਪਾਰਟੀ ਦਾ, ਵਾਰੀ ਵਾਰੀ ਸਰਕਾਰ ਦਿੱਲੀ ਵਿੱਚ ਚੁਣੀ ਗਈ। ਉਸੇ ਤਰੀਕੇ ਪੰਜਾਬ 'ਚ ਚਾਹੇ ਉਹ ਐਂਟੀ ਕਰਪਸ਼ਨ ਨੰਬਰ ਜਾਰੀ ਕਰਨਾ ਹੋਵੇ, ਨਾ ਅਸੀਂ ਆਪਣੇ ਨੂੰ ਸੀ ਐਮ ਸਾਹਿਬ ਨੇ ਚਾਹੇ ਕੋਈ ਵੀ ਬੰਦਾ ਜੇ ਸਾਡੀ ਪਾਰਟੀ ਆਮ ਆਦਮੀ ਪਾਰਟੀ ਹੈ ਤੇ ਐਂਟੀ ਕਰਪਸ਼ਨ ਪਾਰਟੀ ਹੈ, ਇਹਦਾ ਮਤਲਬ ਇਹ ਹੈ ਕਿ ਜੇ ਕੋਈ ਆਪਣੇ ਚੋਂ ਵੀ ਜਿਹਨੂੰ ਮੌਕਾ ਦਿੱਤਾ ਜੇ ਉਹਨਾਂ ਚੋਂ ਵੀ ਕੋਈ ਗਲਤੀ ਕਰਦਾ ਹੈ ਤੇ ਉਹਨੂੰ ਵੀ ਜਿਹੜੀ ਬਣਦੀ ਸਜ਼ਾ ਉਹ ਦੇਣੀ ਚਾਹੀਦੀ ਹੈ। ਸੋ ਐਂਟੀ ਕਰਪਸ਼ਨ ਦੇ ਵਿੱਚ ਜਿੱਥੇ ਅਸੀਂ ਤਮਾਮ ਕਰਪਟ ਲੋਕਾਂ ਨੂੰ ਜੇਲ੍ਹ 'ਚ ਪਾਇਆ, ਤਮਾਮ ਆਪੋਜੀਸ਼ਨ ਦੇ ਲੀਡਰਸ ਨੂੰ ਬੜੇ ਟਾਰਗੇਟ ਉੱਤੇ ਦੇ ਬੜਿਆਂ ਨੂੰ ਪਾਇਆ ਵਿੱਚ, ਤੇ ਉਸੇ ਤਰੀਕੇ ਜੇ ਆਪਣੀ ਪਾਰਟੀ ਕੋਈ ਗਲਤੀ ਕਰਦਾ ਤਾਂ ਉਹਦੇ 'ਤੇ ਵੀ ਜਿਹੜੀ ਇਹ 'ਤੇ ਕਾਰਵਾਈ ਕੀਤੀ ਜਾਂਦੀ ਹੈ। ਸੋ ਜ਼ੀਰੋ ਟਾਲਰੈਂਸ ਟੂ ਕਰਪਸ਼ਨ ਹੈ। ਇਸ ਤੋਂ ਬਿਨਾਂ ਅਸੀਂ 1 ਕਰੋੜ ਰੁਪਇਆ ਜੇ ਫੌਜੀ ਵੀ ਸ਼ਹੀਦ ਹੁੰਦਾ ਹੈ ਤਾਂ ਉਹਨਾਂ ਦੇ ਪਰਿਵਾਰ ਨੂੰ ਦਿੱਤੀ ਜਾਂਦੀ ਹੈ, ਜਿਹੜੀ ਦੇਸ਼ 'ਚ ਦਿੱਲੀ ਤੋਂ ਬਾਅਦ ਪੰਜਾਬ 'ਚ ਲਾਗੂ ਕੀਤੀ ਗਈ ਹੈ। ਬਹੁਤ ਵੱਡੀ ਰਕਮ ਹੈ ਅਤੇ ਬੜੀ ਇੱਕ ਪਰਿਵਾਰ ਨੂੰ ਇਹਦੇ ਨਾਲ ਸਪੋਰਟ ਹੋ ਜਾਂਦੀ ਹੈ। ਸੋ ਇਸ ਤਰੀਕੇ ਸਰਕਾਰ ਦੀਆਂ ਜਿਹੜੀਆਂ ਉਪਲਬਧੀਆਂ ਉਹ ਕਾਫੀ ਵੱਡੀ ਗਿਣਤੀ 'ਚ ਨੇ। ਜੇ ਮੈਂ ਗਿਣਾਵਾਂ ਤਾਂ ਬਹੁਤ ਲੰਬਾ ਸਮਾਂ ਲੱਗ ਜਾਂਦਾ ਅਤੇ ਮੈਂ ਸਾਨੂੰ ਖੁਦ ਨੂੰ ਬੜਾ ਚੰਗਾ ਮਹਿਸੂਸ ਹੁੰਦਾ ਕਿ ਅਸੀਂ ਇੱਕ ਇਮਾਨਦਾਰ ਸਰਕਾਰ ਦੇ ਵਿੱਚ ਕੰਮ ਕਰ ਰਹੇ ਹਾਂ, ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ 'ਚ ਕੰਮ ਕਰ ਰਹੇ ਹਾਂ ਅਤੇ ਬੜੀ ਇਮਾਨਦਾਰੀ ਅਤੇ ਸਾਫ ਨੀਤ ਨਾਲ ਲੱਗੇ ਹੋਏ ਹਾਂ ਕਿ ਪੰਜਾਬ ਬਾਬੇ ਨਾਨਕ ਦੀ ਧਰਤੀ ਹੈ ਜਿਹੜੀ ਇਹ ਵਧੇ ਫੁੱਲੇ, ਤਰੱਕੀ 'ਤੇ ਜਾਵੇ, ਪ੍ਰਗਤੀਸ਼ੀਲ ਧਰਤੀ ਬਣੇ। ਸੋ ਮੈਂ ਹੁਣ ਆਪਣੇ ਮਹਿਕਮਿਆਂ ਦੀ ਗੱਲ ਕਰਦੀ ਹਾਂ। ਮੇਰੀ ਡਿਪਾਰਟਮੈਂਟਸ ਇਨਵੈਸਟ ਪੰਜਾਬ, ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗੀ, ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਇਨਵੈਸਟਰ ਸਬਮਿਟ ਕਰਵਾਇਆ ਸੀ, 5ਵਾਂ ਪ੍ਰੋਗਰੈਸਿਵ ਇਨਵੈਸਟਰ ਸਬਮਿਟ ਪੰਜਾਬ, ਜਿਹਦੇ 'ਚ 2500 ਤੋਂ ਜ਼ਿਆਦਾ ਦੇਸ਼ 'ਚੋਂ ਵਿਦੇਸ਼ 'ਚੋਂ ਇਨਵੈਸਟਰਸ ਦਾ ਬੜਾ ਵਧੀਆ ਉਪਲਾਰਾ ਮਿਲਿਆ ਤੇ ਆਪੋਜੀਸ਼ਨ ਦੇ ਬਹੁਤ ਸਾਰੇ ਲੀਡਰਸ ਨੇ, ਕਾਂਗਰਸ ਦੇ ਲੀਡਰਸ ਨੇ ਇਹ ਸਵਾਲ ਚੱਕਿਆ ਕਿ ਇਨਵੈਸਟਰ ਤਾਂ ਹੀ ਨਹੀਂ ਰਹੇ, ਪੰਜਾਬ ਦਾ ਤਾਂ ਮਾਹੌਲ ਇੱਦਾਂ ਦਾ, ਇਨਵੈਸਟਰ ਤਾਂ ਚੱਲ ਗਏ ਆ। ਸੋ ਮੈਂ ਤੁਹਾਨੂੰ ਇੱਕ ਫਿਕਰ ਦੱਸਣ ਲੱਗੀ ਹਾਂ, ਇਹ ਫਿਕਰ ਮੈਂ ਇਹ ਸਰਕਾਰੀ ਅੰਕੜਾ, 40,000 ਕਰੋੜ ਤੋਂ ਉੱਪਰ ਦੀ ਜਿਹੜੀ ਅਸੀਂ ਇਨਵੈਸਟਮੈਂਟ ਹੈ 1 ਸਾਲ ਦੇ ਅੰਦਰ ਲੈ ਕੇ ਆਏ, 40,000 ਕਰੋੜ ਤੋਂ ਉੱਪਰ ਦੀ ਇਨਵੈਸਟਮੈਂਟ, 2,50,000 ਜਿਹਨਾਂ ਇੰਪਲੋਇਮੈਂਟ ਜਨਰੇਟ ਹੋਣੀ ਹੈ। ਇੱਕ ਅੰਕੜਾ ਮੈਂ ਤੁਹਾਨੂੰ ਦੱਸਿਆ, ਇਹ ਹੈਗਾ ਸਾਡੇ 1 ਸਾਲ ਦਾ ਅੰਕੜਾ ਜਿਹਦੇ 'ਚ ਅਸੀਂ 40,000 ਕਰੋੜ ਪ੍ਰਪੋਜ਼ ਕਰਵਾ ਚੁੱਕੇ ਹਾਂ ਇਨਵੈਸਟ ਪੰਜਾਬ ਦੇ ਪੋਰਟਲ ਉੱਤੇ। ਹੁਣ ਇਸ ਜਿਹੜੀ 40,000 ਕਰੋੜ ਦੀ ਫਿਗਰ ਹੈ ਇੱਦਾਂ ਨਹੀਂ ਆਈ, ਇਹਦੇ 'ਚ ਸਾਡੇ ਮੁੱਖ ਮੰਤਰੀ ਸਾਹਿਬ ਨੇ ਜੋ 1-to-1 ਸਟੇਟ 'ਚ ਜਾ ਕੇ ਵਿਦੇਸ਼ਾਂ 'ਚ ਜਾ ਕੇ ਇਨਵੈਸਟਰਸ ਨਾਲ ਮੀਟਿੰਗ ਕੀਤੀਆਂ, ਵੱਡੀ ਗੱਲ ਕੀ ਸਟੇਟ ਦੀ ਪਹਿਲੀ ਵਾਰ ਹੋਇਆ ਕਿ ਸਟੇਟ ਦੇ ਇੰਡਸਟਰੀਸ ਨਾਲ, ਸਟੇਕ ਹੋਲਡਰਸ ਨਾਲ, ਛੋਟੀ ਇੰਡਸਟਰੀ ਦੇ ਨਾਲ, MSMEs ਨਾਲ ਸੀਐਮ ਸਾਹਿਬ 1-to-1 ਬੈਠੇ, ਉਹਦੀ ਗੱਲਾਂ ਸੁਣੀਆਂ, ਉਹਨਾਂ ਨੂੰ ਇਨਕਰੇਜ ਕੀਤਾ, ਉਹਨਾਂ ਨੂੰ ਦੱਸਿਆ ਕਿ ਹੁਣ ਸਾਡਾ ਉਹ ਹਿੱਸੇਦਾਰੀਆਂ ਵਾਲਾ ਉਹ ਕਰਪਸ਼ਨ ਵਾਲਾ ਸਿਸਟਮ ਹੁਣ ਹੈ ਨਹੀਂ, ਹੁਣ ਸਿਸਟਮ ਬਦਲ ਗਿਆ ਹੈ, ਆਓ ਆਪਾਂ ਪੰਜਾਬ ਦੀ ਧਰਤੀ ਨੂੰ ਅੱਗੇ ਲੈ ਕੇ ਜਾਈਏ, ਕਿਉਂਕਿ ਜਿਹੜੀ ਇੰਡਸਟਰੀ ਇਹਨੇ ਜਾਬਸ ਦੇਣੀਆਂ ਨੇ, ਸਾਰੀਆਂ ਨੌਕਰੀਆਂ ਸਰਕਾਰ 'ਚ ਨਹੀਂ ਦੇ ਸਕਦੀ, ਜਿਹੜੀ ਇੰਡਸਟਰੀ ਹੁੰਦੀ ਹੈ ਬਹੁਤ ਵੱਡਾ ਰੋਲ ਅਦਾ ਕਰਦੀ ਹੈ, ਲੱਖਾਂ ਦੀਆਂ ਨੌਕਰੀਆਂ ਜਿਹੜੀ ਇੰਡਸਟਰੀ ਪੈਦਾ ਕਰਦੀ ਹੈ, ਵਧੀਆ ਇਨਫਰਾਸਟ੍ਰਕਚਰ ਬਣਦਾ, ਸਟੇਟ ਦੀ ਜਿਹੜੀ ਆਰਥਿਕਤਾ ਨੂੰ ਵਧਾਵਾ ਮਿਲਦਾ, ਟੈਕਸ ਕਲੈਕਸ਼ਨ ਵੀ ਹੁੰਦੀ ਹੈ,
ਹੁਣੇ 40,000 ਕਰੋੜ ਦੇ ਲਈ ਸੀਐਮ ਸਾਹਿਬ ਦੀ ਜਿਹੜੀ ਅਣਥੱਕ ਮਿਹਨਤ ਆ ਉਹਨਾਂ ਨੇ ਜਿਹੜੀ ਮਿਹਨਤ ਕੀਤੀ ਉਹਦਾ ਨਤੀਜਾ ਕਿ ਪੰਜਾਬ ਦੇ ਵਿੱਚ ਕਾਊਂਟਿੰਗ ਆਈ ਹੈ 40,000। ਹੁਣ ਇੱਕ ਤੁਹਾਨੂੰ ਮੈਂ ਨੰਬਰ ਹੋਰ ਦੱਸਦੀ ਹਾਂ। ਕਾਂਗਰਸ ਪਾਰਟੀ ਨੇ ਕਿਹਾ ਕਿ ਇਨਵੈਸਟਰ ਨਹੀਂ ਆ ਰਹੇ। ਸਾਡੇ ਪਹਿਲੇ ਸਾਲ ਦੇ ਵਿੱਚ ਅਸੀਂ 40,000 ਕਰੋੜ ਲੈ ਕੇ ਆਏ ਹਾਂ। 2017-18 ਕਾਂਗਰਸ ਪਾਰਟੀ ਪਹਿਲੇ ਸਾਲ ਦੇ ਵਿੱਚ 5,000 ਕਰੋੜ ਲੈ ਕੇ ਆਈ ਸੀ। 5,000 ਕਰੋੜ ਰੁਪਇਆ ਤੇ 40,000 ਕਰੋੜ। ਹੁਣ ਮੈਨੂੰ ਤੁਸੀਂ ਸਾਰੇ ਪੰਜਾਬ ਦੇ ਲੋਕ ਸੁਣ ਰਹੇ ਹੋ, ਮੈਨੂੰ ਸਾਰੇ ਦੱਸੋ ਕਿ ਜਦੋਂ ਕਾਂਗਰਸ ਦਾ ਪਿਛਲੇ ਜ਼ਿਆਦਾ ਪੁਰਾਣੀ ਗੱਲ ਨਹੀਂ ਕਰ ਰਹੇ ਆਪਾਂ, ਪਿਛਲੇ ਜਦੋਂ 5 ਸਾਲਾਂ ਦੇ ਵਿੱਚ ਪਹਿਲਾ ਸਾਲ ਸੀ ਕਿ ਉਦੋਂ ਉਹਨਾਂ ਦਾ ਮਾਹੌਲ ਠੀਕ ਸੀ, ਜਦੋਂ 5,000 ਕਰੋੜ ਲੈ ਕੇ ਗਏ ਸੀ ਅਸੀਂ 40,000, ਤੁਸੀਂ ਤਾਂ ਨੇੜੇ ਤੇੜੇ ਵੀ ਮੈਚ ਨਹੀਂ ਕਰਦੇ। ਸੋ ਇਹ ਸਾਰੀਆਂ ਜਿਹੜੀਆਂ ਹੁੰਦੀਆਂ ਨੇ, ਜਦੋਂ ਵੀ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ, ਪਤਾ ਲੱਗਾ ਕਿ ਮੁੱਖ ਮੰਤਰੀ ਬਣ ਗਏ ਆ ਤੇ ਜਿਹੜੇ ਇਨਵੈਸਟਰ ਦਾ ਰੁੱਖ ਆ ਉਹ ਪੰਜਾਬ ਵੱਲ ਹੋ ਗਿਆ ਸੀ। ਇੱਕ ਇਮਾਨਦਾਰ ਸਰਕਾਰ ਬਣ ਗਈ ਜਿਹੜੀ ਪੰਜਾਬ ਨੂੰ ਅੱਗੇ ਵਧਣਾ ਦੇਖਣਾ ਚਾਹੁੰਦੀ ਹੈ, ਤੇ ਉਸੇ ਵੇਲੇ ਆਮ ਆਦਮੀ ਪਾਰਟੀ ਦਾ ਪਰਸੈਪਸ਼ਨ ਹੀ ਇੰਨੀ ਐਂਟੀ ਕਰਪਸ਼ਨ ਹੈ ਕਿ ਇਨਵੈਸਟਰ ਦਾ ਮੂੰਹ ਜਿਹੜਾ ਪੰਜਾਬ ਵੱਲ ਹੋ ਗਿਆ ਸੀ। ਸੋ ਇਨਵੈਸਟਰ ਦਾ ਇਹ ਅੰਕੜਾ ਜਿਹੜਾ ਤੁਹਾਡਾ, ਇਹ ਬਹੁਤ ਇੰਪੋਰਟੈਂਟ ਇਹ ਇੱਕ ਅੰਕੜਾ ਹੈ ਕਿ 5,000 ਤੋਂ 40,000 ਕਰੋੜ ਦਾ ਜਿਹੜਾ ਸਫ਼ਰ ਹੈ ਸਾਡਾ ਪਹਿਲੇ ਸਾਲ ਦਾ। ਸੋ ਇਸ ਤੋਂ ਬਿਨਾਂ ਅਸੀਂ ਜਿਹੜਾ ਇੰਡਸਟਰੀਅਲ ਪਾਲਿਸੀ ਬਣਾਈ ਹੈ ਉਹ ਇਨਵੈਸਟ ਜਿੰਨੇ ਵੀ ਇੰਡਸਟਰੀਅਲਿਸਟ ਉਹਨਾਂ ਨਾਲ ਗੱਲਬਾਤ ਕਰਕੇ ਬਣਾਈ ਹੈ। ਉਹਨਾਂ ਨੂੰ ਬਿਠਾਇਆ, ਉਹਨਾਂ ਨੂੰ ਪੁੱਛਿਆ ਸਟੇਕ ਹੋਲਡਰਸ ਨੂੰ ਕਿ ਤੁਹਾਨੂੰ ਕੀ ਚੱਲ ਰਿਹਾ, ਸਲਾਹ ਲਈ। ਪਹਿਲੀ ਵਾਰੀ ਹੋਇਆ ਕਿ ਇੰਡਸਟਰੀਅਲਿਸਟ ਦੀ ਸਲਾਹ ਲੈ ਕੇ ਜਿਹੜੀ ਇੰਡਸਟਰੀਅਲਿਸਟ ਇੰਡਸਟਰੀ ਦੀ ਪਾਲਿਸੀ ਬਣਾਈ ਗਈ ਹੈ ਤੇ ਬੜੀ ਵਧੀਆ ਜਿਹੜਾ ਉਹਦੇ 'ਚ ਰਿਸਪੋਂਸ ਆਇਆ। ਸੋ ਹੁਣ ਜਿੱਦਾਂ ਅਸੀਂ ਇੱਕ ਵੱਡਾ ਇਨਵੈਸਟਰ ਸਬਮਿਟ ਕਰਵਾਇਆ ਜਿਹਦੇ 'ਚ ਦੇਸ਼ਾਂ ਵਿਦੇਸ਼ਾਂ ਤੋਂ ਤਮਾਮ ਇਨਵੈਸਟਰ ਆਏ, ਇਸ ਤੋਂ ਬਿਨਾਂ ਜਿਹੜਾ ਹੁਣ ਅਸੀਂ ਕੁਆਟਰਲੀ ਇਹਦੇ ਸਬਮਿਟ ਕਰਾਂਗੇ 3-3 ਮਹੀਨਿਆਂ ਦੇ ਬਾਅਦ। ਇਹ ਨਹੀਂ ਹੈਗਾ ਕਿ 2 ਸਾਲਾਂ ਬਾਅਦ ਇੱਕ ਕਰਵਾਈਏ ਉਹ ਤੋਂ ਬਾਅਦ ਇੰਡਸਟਰੀ ਨੂੰ ਛੱਡ ਦਿੱਤਾ। 3 ਮਹੀਨਿਆਂ ਬਾਅਦ ਸੈਕਟਰ ਸਪੈਸੀਫਿਕ ਅਸੀਂ ਜਿਹੜੇ ਸਬਮਿਟਸ ਕਰਾਂਗੇ, ਛੋਟੇ ਮਿੰਨੀ ਸਬਮਿਟਸ ਜਿਹਦੇ 'ਚ ਹਰ ਸੈਕਟਰ ਆਪਣਾ ਬੈਠੂਗਾ ਕਿ ਦੱਸੂਗਾ ਕਿ ਹਾਂ ਇਹ ਸਹੂਲਤਾਂ ਅਸੀਂ ਕਰ ਰਹੇ, ਇਹਦੇ ਸਾਨੂੰ ਆਹ ਦਿੱਕਤ ਆ ਰਹੀ ਹੈ। ਸੋ ਆਪਦੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜਾ ਇੰਡਸਟਰੀਸਟ ਬੈਠ ਕੇ ਦੱਸਣ, ਉਹਨਾਂ ਨੂੰ ਦੂਰ ਕਰਾਂਗੇ। ਹਰ 3-3 ਮਹੀਨਿਆਂ ਬਾਅਦ ਹਾਂ ਕਿਸੇ ਨਾ ਕਿਸੇ ਜਿਹੜਾ ਸੈਕਟਰ ਦਾ ਇਹ ਸਬਮਿਟ ਆ ਜਿਹੜੇ ਹੁੰਦੇ ਰਹਿਣਗੇ। ਸੀਐਮ ਸਾਹਿਬ ਦਾ ਬਹੁਤ ਹੀ ਜਿਹੜਾ ਵਧੀਆ ਇੱਕ ਫੈਸਲਾ ਲਿਆ ਗਿਆ। ਇਸ ਤੋਂ ਬਿਨਾਂ ਜੀ ਅਸੀਂ ਜਿਹੜੀਆਂ ਲਾਸਟ ਈਅਰ ਅਸੀਂ 3,000 ਕਰੋੜ ਦੇ ਇਨਸੈਂਟਿਵ ਤੇ ਸਬਸਿਡੀ ਦਿੱਤੀ ਸੀ ਇੰਡਸਟਰੀ ਨੂੰ, ਇਸ ਵਾਰੀ ਅਸੀਂ 3,700 ਕਰੋੜ ਦੇ ਇਨਸੈਂਟਿਵ ਤੇ ਸਬਸਿਡੀ ਦੇ ਰਹੇ ਹਾਂ। ਸਾਡੇ 46 ਫੋਕਲ ਪੁਆਇੰਟ ਨੇ 46, ਜਿਹਦੇ 'ਚ 17 ਲਗਭਗ ਅਪਡੇਟ ਹੋ ਗਏ ਹੈ ਕੀ ਕੰਡੀਸ਼ਨ ਦੇ ਵਿੱਚ ਨੇ, ਬਾਕੀਆਂ ਨੂੰ ਅਸੀਂ ਸਾਰਿਆਂ ਨੂੰ ਅਪਡੇਟ ਕਰ ਰਹੇ ਹਾਂ, ਫਸਟ ਕਲਾਸ ਬਣਾਵਾਂਗੇ ਜਿਹਦੇ ਨਾਲ ਇੰਡਸਟਰੀ ਨੂੰ ਹੋਰ ਵਧਾਵਾ ਮਿਲੇ ਸਾਰੇ ਫੋਕਲ ਪੁਆਇੰਟਸ ਦਾ। 15 ਅਸੀਂ ਜਿਹੜੇ ਨਵੇਂ ਇੰਡਸਟਰੀਅਲ ਪਾਰਕ ਲੈ ਕੇ ਆ ਰਹੇ ਹਾਂ, 20 ਰੂਰਲ ਇੰਡਸਟਰੀਅਲ ਜਿਹੜੇ ਕਲਸਟਰ ਨੇ ਉਹ ਬਣਾ ਰਹੇ ਹਾਂ ਨਵੇਂ ਜਿਹੜੇ ਅੱਗੇ ਬਣਾਵਾਂਗੇ। ਸੋ ਇੰਪਲੋਇਮੈਂਟ ਸਬਸਿਡੀ ਵੀ ਅਸੀਂ ਜਿਹੜੇ ਐਂਕਰ ਯੂਨਿਟਸ ਨੇ ਉਹਨਾਂ ਨੂੰ ਅਸੀਂ ਇੰਪਲੋਇਮੈਂਟ ਸਬਸਿਡੀ ਵੀ ਦਿੰਦੇ ਹਾਂ, ਜਿਹਦੇ 'ਚ 4,000 ਰੁਪਿਆ ਪ੍ਰਤੀ ਵਿਅਕਤੀ ਜਾਂ ਕਹਿ ਲਓ ਕਿ 48,000 ਰੁਪਇਆ ਹਰ ਸਾਲ ਦਾ। ਇਹਦੇ 'ਚ ਸਿਰਫ ਇੰਨਾ ਕਿ ਜਿਹੜੀ ਇੰਡਸਟਰੀ ਨੂੰ ਨੌਕਰੀ ਦੇਣੀ ਹੈ ਉਹ ਪੰਜਾਬੀਆਂ ਨੂੰ ਦੇਣੀ ਹੈ, ਪੰਜਾਬ 'ਚ ਰਹਿੰਦੇ ਲੋਕਾਂ ਨੂੰ, ਤਾਂ ਜਿਹੜੀ ਅਸੀਂ ਇਹ ਸਬਸਿਡੀ ਆ ਉਹ ਪ੍ਰੋਵਾਈਡ ਕਰਵਾਉਂਦੇ ਹਾਂ। ਸੋ ਇਹ ਸਾਰਾ ਜਿਹੜਾ ਇੱਕ ਵੇਰਵਾ ਸੀਗਾ ਇਹ ਮੇਰੇ ਇਨਵੈਸਟ ਪੰਜਾਬ ਦਾ ਸੀ, ਸਾਡੀ ਇੰਡਸਟਰੀ ਦਾ, ਜਿਹਦੇ 'ਚ ਅਸੀਂ ਬੜੀ ਵੱਡੀ ਕਾਮਯਾਬੀ ਪਹਿਲੇ ਸਾਲ 'ਚ ਹਾਸਲ ਕੀਤੀ ਹੈ। ਅਤੇ ਸਾਡਾ ਅੱਗੇ ਟੀਚਾ ਹੈਗਾ ਕਿ ਹੋਰ ਵਧੀਆ ਤਰੀਕੇ ਨਾਲ ਜਿਹੜਾ ਇੰਡਸਟਰੀ ਨੂੰ ਲੈ ਕੇ ਆਈਏ ਅਤੇ ਵਧੀਆ ਤਰੀਕੇ ਨਾਲ ਪੰਜਾਬ ਦੇ ਵਿੱਚ ਇੰਪਲੋਇਮੈਂਟ ਜਨਰੇਟ ਹੋਵੇ ਅਤੇ ਪੰਜਾਬ ਦੀ ਜਿਹੜੀ ਇਕੋਨਮੀ ਉਹਨੂੰ ਬੜਾ ਬੂਸਟ ਮਿਲੇ। ਸੋ ਦੂਸਰਾ ਜਿਹੜਾ ਮੇਰਾ ਡਿਪਾਰਟਮੈਂਟ ਹੈ ਜੀ ਟੂਰਿਜ਼ਮ, ਟੂਰਿਜ਼ਮ ਦੇ ਵਿੱਚ ਅਸੀਂ ਇਸ ਸਾਲ ਪੰਜਾਬ ਹੈ ਜਿਹੜੀ ਇਹ ਜਦੋਂ ਅਸੀਂ ਪੰਜਾਬ ਤੋਂ ਬਾਹਰ ਜਾਈਏ ਨਾ ਤਾਂ ਸਾਨੂੰ ਪਹਿਲਾਂ ਤੋਂ ਲੋਕ ਇਹ ਕਹਿੰਦੇ ਸੀ ਕਿ ਤੁਹਾਡੇ ਪੰਜਾਬ 'ਚ ਜਦੋਂ ਸਰਕਾਰ ਨਹੀਂ ਵੀ ਬਣੀ ਸੀ ਵੀ ਤੁਹਾਡੇ ਪੰਜਾਬ 'ਚ ਟੂਰਿਜ਼ਮ ਦੀ ਪੋਟੈਂਸ਼ੀਅਲ ਅਨਟੈਪਡ ਵਾਸਟ ਪੋਟੈਂਸ਼ੀਅਲ ਹੈ ਅਤੇ ਤੁਹਾਡੇ ਕੋਲ ਵਾਟਰ ਬਾਡੀਜ਼ ਨੇ, ਬਹੁਤ ਸੋਹਣੇ ਪਹਾੜ ਨੇ, ਬੜਾ ਸੋਹਣਾ ਤੁਹਾਡਾ ਖਾਣਾ ਇਹੋ ਜਿਹੜਾ ਕਿ ਸਾਰਾ ਦੇਸ਼ ਨੂੰ ਰੀਪ੍ਰਜੈਂਟ ਕਰਦਾ, ਤੁਹਾਡਾ ਕਲਚਰ, ਤੁਹਾਡੇ ਹੱਥ ਦੀਆਂ ਬਣੀਆਂ ਚੀਜ਼ਾਂ, ਤੁਹਾਡਾ ਸਾਰੇ ਸਾਡਾ ਜਿਹੜੀ ਵਰੀਅਰ ਦੀ ਹਿਸਟਰੀ ਹੈ ਕਿ ਪੰਜਾਬ ਐਡਾ ਰਿਚ ਕਲਚਰ ਦਾ ਸਟੇਟ ਹੈ ਜਿਹਦੇ ਕੋਲ ਕਿਸੇ ਚੀਜ਼ ਦੀ ਖੂਬਸੂਰਤ ਮੌਸਮ ਹੈ, ਹੋਸਪਿਟੈਲਿਟੀ ਦੇ ਵਿੱਚ ਅਸੀਂ ਲੋਕ ਅੱਗੇ ਹਾਂ ਕਿ ਪੰਜਾਬ ਦੇ
ਕਲਚਰ ਐਂਡ ਟੂਰਿਜ਼ਮ ਨੂੰ ਬਹੁਤ ਅੱਗੇ ਲੈ ਕੇ ਜਾ ਸਕਦਾ, ਚਾਹੇ ਉਹ ਸਾਡੇ ਲੋਕ ਨਾਚ ਨੇ, ਲੋਕ ਗੀਤ ਨੇ, ਹਰ ਪੱਖੋਂ ਅਸੀਂ ਅਮੀਰ ਹਾਂ ਕਲਚਰ ਵਿੱਚ। ਸੋ ਅੱਜ ਤੱਕ ਸਾਡੇ ਵਾਟਰ ਬੋਡੀਜ਼ ਅਤੇ ਸਾਡੇ ਪਹਾੜਾਂ ਦੀ ਖੂਬਸੂਰਤੀ ਨੂੰ ਲੈ ਕੇ ਕੋਈ ਵੀ ਜਿਹੜਾ ਉਪਰਾਲਾ ਪਿਛਲੀਆਂ ਸਰਕਾਰਾਂ ਦੁਆਰਾ ਨਹੀਂ ਕੀਤਾ ਗਿਆ, ਜਿਹੜਾ ਪੰਜਾਬ ਦੀ ਇੱਕ ਬਹੁਤ ਵੱਡੀ ਵਿਸ਼ੇਸ਼ਤਾ ਹੈ। ਕਿਉਂਕਿ ਜਦੋਂ ਅਸੀਂ ਟੂਰਿਸਟ ਬੁਲਾਉਣਾ ਨਾ, ਉਹ ਰੀਕ੍ਰੇਸ਼ਨਲ ਟੂਰਿਜ਼ਮ 'ਤੇ ਬਹੁਤ ਆਉਂਦਾ। ਜਿਹੜੇ ਸਾਡੇ ਆਸ ਪਾਸ ਦੇ ਵੀ ਦੇਸ਼ ਆ, ਉਹ ਰੀਕ੍ਰੇਸ਼ਨਲ ਟੂਰਿਜ਼ਮ 'ਤੇ ਵਾਰ ਵਾਰ ਆਉਂਦੇ ਨੇ ਕਿ ਉਹਨਾਂ ਦੀ ਜਿਹੜੀ ਇੱਕ ਵਾਰ ਆ ਗਈ ਦੁਬਾਰਾ ਆਉਣਗੇ। ਸੋ ਅਸੀਂ ਪਹਿਲੀ ਵਾਰੀ ਪੰਜਾਬ ਸਰਕਾਰ ਨੇ ਵਾਟਰ ਟੂਰਿਜ਼ਮ ਪਾਲਿਸੀ ਐਂਡ ਐਡਵੈਂਚਰ ਟੂਰਿਜ਼ਮ ਪਾਲਿਸੀ ਸਾਡੇ ਇਨਵੈਸਟਰ ਸਮਿਟ ਦੇ ਵਿੱਚ ਉਹ ਜਿਹੜੀ ਲਾਂਚ ਕੀਤੀ, ਜਿਹਦੇ 'ਚ ਅਸੀਂ ਵਾਟਰ ਸਪੋਰਟਸ, ਐਡਵੈਂਚਰ ਸਪੋਰਟਸ ਨਾਲ ਪੰਜਾਬ 'ਚ ਇਹੋ ਜਿਹਾ ਮਾਹੌਲ ਬਣਾਵਾਂਗੇ, ਇੰਨੀਆਂ ਜੋਬ ਜਿਹੜੀਆਂ ਉਹਦੇ ਨਾਲ ਕ੍ਰੀਏਟ ਹੋਣਗੀਆਂ, ਇੰਨੀ ਕੁ ਚਹਿਲ ਪਹਿਲ ਪੰਜਾਬ 'ਚ ਹੋਊਗੀ ਕਿ ਆਉਣ ਵਾਲੇ ਕੁਝ ਸਾਲਾਂ 'ਚ ਪੂਰੀ ਮਿਹਨਤ ਕਰਾਂਗੇ ਅਤੇ ਸਾਡਾ ਪੰਜਾਬ ਪੰਜਾਬ ਦੇਸ਼ ਦਾ ਟੌਪ ਟੂਰਿਸਟ ਡੈਸਟੀਨੇਸ਼ਨ। ਸੋ ਇਹਦੇ ਲਈ ਪੂਰੀ ਮਿਹਨਤ ਕਰ ਰਹੇ ਅਤੇ ਵਰਲਡ ਕਲਾਸ ਸਪੋਰਟਸ ਦੇ ਜਿਹੜੀਆਂ ਵਾਟਰ ਸਪੋਰਟਸ ਆ, ਚਾਹੇ ਉਹ ਐਡਵੈਂਚਰ ਸਪੋਰਟਸ ਆ, ਤੁਹਾਨੂੰ ਪੰਜਾਬ 'ਚ ਦੇਖਣ ਨੂੰ ਮਿਲਣਗੇ। ਇਹੋ ਜਿਹੇ ਪ੍ਰੋਜੈਕਟ ਬਣਾਵਾਂਗੇ ਕਿ ਪੰਜਾਬ ਦਾ ਜਿਹੜਾ ਮਾਹੌਲ ਹੈ ਖੁਸ਼ਨੁਮਾ ਬਣਾਵਾਂਗੇ, ਰੈਵਨਿਊ ਵੀ ਜਨਰੇਟ ਹੋਣਾ ਅਤੇ ਟੂਰਿਜ਼ਮ ਇਹੋ ਜਿਹਾ ਸੈਕਟਰ ਜਿਹੜਾ ਸਭ ਤੋਂ ਵੱਧ ਜਿਹੜੀ ਇੰਪਲੋਇਮੈਂਟ ਆ ਉਹ ਜਨਰੇਟ ਕਰ ਸਕੀਏ। ਐਂਡ ਇੱਕ ਇੱਕ ਚੀਜ਼ ਅਸੀਂ ਇੰਡਸਟਰੀਅਲ ਪਾਲਿਸੀ 'ਚ ਹੋਰ ਕੀਤੀ ਹੈ ਕਿ ਜਿਹੜੇ ਵੀ ਅਮਿਊਜ਼ਮੈਂਟ ਪਾਰਕਸ ਟੂਰਿਜ਼ਮ ਦੇ ਵਿੱਚ 50 ਏਕੜ ਤੋਂ ਜ਼ਿਆਦਾ 50 ਏਕੜ ਦੀ ਲੈਂਡ ਲੈ ਕੇ ਬਣਾਉਣਗੇ, ਉਹਨੂੰ ਸਾਰੀਆਂ ਇੰਡਸਟਰੀਆਂ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਜਿੰਨੇ ਵੀ ਅਮਿਊਜ਼ਮੈਂਟ ਪਾਰਕ ਟੂਰਿਜ਼ਮ 'ਚ ਲੱਗਣਗੇ ਉਹਨਾਂ ਨੂੰ ਅਸੀਂ ਇੰਡਸਟਰੀ ਦੀਆਂ ਦੇਵਾਂਗੇ ਸਹੂਲਤਾਂ। ਜਿੰਨੀਆਂ ਵੀ ਸਾਡੀਆਂ ਪ੍ਰੋਟੈਕਟਡ ਮੋਨੂਮੈਂਟਸ ਨੇ ਉਹਨਾਂ ਦਾ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ, ਕਾਫੀ ਸਾਰੀਆਂ ਨੂੰ ਅਸੀਂ ਜਿਹੜਾ ਪ੍ਰੋਟੈਕਟ ਕਰ ਰਹੇ, ਸਾਰੀਆਂ ਨੂੰ ਪ੍ਰੋਟੈਕਟ ਕਰਾਂਗੇ। 92 ਦੇ ਤਕਰੀਬਨ ਨੇ ਜਿੰਨੀਆਂ ਪੁਰਾਣੀਆਂ, ਕੁਛ ਰਿਪੇਅਰਿੰਗ ਦੀ ਲੋੜ ਸੀ, ਬਹੁਤੀਆਂ ਦੀ ਰਿਪੇਅਰ ਹੋ ਚੁੱਕੀ ਹੈ। ਜਿੱਦਾਂ ਕਿ ਪਟਿਆਲੇ ਦਾ ਸਾਡਾ ਸ਼ੀਸ਼ ਮਹਿਲ ਹੈ, ਜਲਦੀ ਉੱਪਰ ਹੋ ਜਾਣਾ ਪਬਲਿਕ ਲਈ। ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਮੋਨੂਮੈਂਟਸ ਉਹ ਰੈਨੋਵੇਸ਼ਨ ਦੇ ਅਧੀਨ ਨੇ, ਇਹ ਸਾਰੀਆਂ ਹੀ ਅਸੀਂ ਰੈਨੋਵੇਟ ਕਰ ਰਹੇ ਹਾਂ ਜਿੰਨੀਆਂ, ਕਿਉਂਕਿ ਇਹ ਵੀ ਇੱਕ ਬਹੁਤ ਵੱਡੀ ਅਟ੍ਰੈਕਸ਼ਨ ਆ ਟੂਰਿਸਟ ਲਈ, ਹੈਰੀਟੇਜ ਟੂਰਿਜ਼ਮ। ਜਿੰਨਾ ਸਾਡੇ ਪੈਲਸਿਸ ਸੀ ਪੁਰਾਣੇ, ਉਹਨਾਂ ਨੂੰ ਅਸੀਂ ਦੁਨੀਆਂ ਨੂੰ ਦਿਖਾਵਾਂਗੇ ਕਿ ਪੰਜਾਬ ਕੋਲ ਕਿੰਨਾ ਪੁਰਾਣਾ ਹੈਰੀਟੇਜ ਹੈ, ਕਿੰਨਾ ਸੋਹਣਾ ਕਲਚਰ ਹੈ, ਕਿਸ ਤਰੀਕੇ ਦਾ ਸਾਡਾ ਪੁਰਾਣਾ ਜਿਹੜਾ ਸਿਸਟਮ ਸੀਗਾ ਸਾਰਾ। ਬਾਕੀ ਜਿਹੜੀਆਂ ਸਾਡੀਆਂ ਟੂਰਿਜ਼ਮ ਦੀਆਂ ਪ੍ਰੋਪਰਟੀਆਂ ਸੀ ਪੁਰਾਣੀਆਂ, ਬਹੁਤੇ ਖੰਡਰ ਕਰਤੀ, ਜਿੱਦਾਂ ਫਲੋਟਿੰਗ ਰੈਸਟੋਰੈਂਟ ਪੰਜਾਬ ਦੀ ਸ਼ਾਨ ਮੰਨਿਆ ਜਾਂਦਾ ਸੀ, ਸਰਹੰਦ 'ਚ ਅਮਰਦਾਸ ਹੋਟਲ ਲੁਧਿਆਣਾ, ਬਹੁਤ ਸਾਰੇ ਇੱਦਾਂ ਦੀਆਂ ਹੋਰ ਪ੍ਰੋਪਰਟੀ ਵੱਡੀ ਗਿਣਤੀ 'ਚ ਦੇ, ਉਹਨਾਂ ਸਾਰੀਆਂ ਨੂੰ ਅਸੀਂ ਲੀਸ ਆਊਟ ਕਰਾਂਗੇ ਹੁਣ ਅਤੇ ਉਹਨਾਂ ਨੂੰ ਚੱਲਦਾ ਕਰਾਂਗੇ ਤਾਂ ਕਿ ਉਹਨਾਂ ਦੀ ਸਾਂਭ ਸੰਭਾਲ ਹੋਵੇ ਵਧੀਆ ਤਰੀਕੇ ਨਾਲ, ਅਤੇ ਉੱਥੋਂ ਰੈਵਨਿਊ ਵੀ ਜਨਰੇਟ ਹੋਵੇ ਅਤੇ ਲੋਕਲ ਟੂਰਿਜ਼ਮ ਜਿਹੜਾ ਉਹਨੂੰ ਪ੍ਰਮੋਟ ਕੀਤਾ ਜਾਵੇ। ਸੋ ਬਹੁਤ ਸਾਰੇ ਆ ਜਿਹੜੇ ਹੈਰੀਟੇਜ ਫੈਸਟੀਵਲ ਸਰਕਾਰ ਦੁਆਰਾ ਕਰਾਏ ਗਏ, ਟੂਰਿਜ਼ਮ ਸਰਕਟ 'ਤੇ ਅਸੀਂ 91 ਕਰੋੜ ਰੁਪਇਆ ਜਿਹੜਾ ਉਹ ਮਨਜ਼ੂਰ ਕੀਤਾ ਗਿਆ, ਟੂਰਿਜ਼ਮ ਸਰਕਟ ਨੂੰ ਅਸੀਂ ਪ੍ਰਮੋਟ ਕਰ ਰਹੇ ਹਾਂ। ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਉੱਥੋਂ ਦਾ ਜਿਹੜਾ ਬੁਨਿਆਦੀ ਢਾਂਚਾ ਉਹਦੇ ਵਿਕਾਸ ਦੇ ਲਈ 31 ਕਰੋੜ 56 ਲੱਖ ਰੁਪਇਆ ਜਿਹੜਾ ਲਾਇਆ ਜਾ ਰਿਹਾ ਹੈ। ਅਨੰਦਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਿਊਜ਼ੀਅਮ ਨੂੰ ਅਸੀਂ ਅਪਗ੍ਰੇਡ ਕਰ ਰਹੇ ਹਾਂ, ਅਤੇ ਸ਼ਹੀਦ ਭਗਤ ਸਿੰਘ ਜੀ ਦੇ ਪਿੰਡ ਜਿਹੜਾ ਮਿਊਜ਼ੀਅਮ ਹੈ ਉਹਨੂੰ ਅਪਗ੍ਰੇਡ ਕਰਕੇ ਉਹਦੀ ਜਿਹੜੀ ਨਵੀਨਤਮ ਮਲਟੀ ਮੀਡੀਆ ਟੈਕਨੀਕਲ ਪ੍ਰੋਜੈਕਸ਼ਨ ਹੈ, ਮੈਪਿੰਗ ਆ, ਗ੍ਰਾਫਿਕ ਸਮੱਗਰੀ ਹੈ, ਆਡੀਓ ਵੀਡੀਓ, ਉਹਦਾ ਸਾਰੇ ਨੂੰ ਅਪਗ੍ਰੇਡ ਕਰਕੇ ਉਹ ਜਲਦੀ ਆ ਜਿਹੜਾ ਪੰਜਾਬ ਸਰਕਾਰ ਵੱਲੋਂ 3 ਕਰੋੜ 57 ਲੱਖ ਰੁਪਏ ਜਿਹੜੇ ਇਹਦੇ 'ਤੇ ਖਰਚੇ ਕੀਤੇ ਗਏ ਆ, ਅਤੇ ਇਹ ਬੜੇ ਵਧੀਆ ਤਰੀਕੇ ਨਾਲ ਜਲਦੀ ਇਹਨੂੰ ਫਿਨਿਸ਼ਿੰਗ ਕਰਕੇ ਲੋਕਾਂ ਲਈ ਅਸੀਂ ਓਪਨ ਕਰ ਦੇਵਾਂਗੇ। ਅਤੇ ਹੋਰ ਵੀ ਬਹੁਤ ਸਾਰੇ ਸ਼ਹੀਦ ਭਗਤ ਸਿੰਘ ਜੀ ਦੇ ਪਿੰਡ ਵਿੱਚ ਅਸੀਂ ਨਵੇਂ ਜਿਹੜੇ ਪਲੈਨ ਬਣਾ ਰਹੇ, ਉਹਨਾਂ ਦੇ ਘਰ ਤੋਂ ਲੈ ਕੇ ਮਿਊਜ਼ੀਅਮ ਤੱਕ ਕਿ ਉਹਨੂੰ ਪੂਰਾ ਵਿਕਾਸ ਕੀਤਾ ਕਿ ਲੋਕਾਂ ਦੀ ਮੈਕਸੀਮਮ ਜਿਹੜੀ ਰੁਚੀ ਹੈ ਉੱਧਰ ਜਾਵੇ, ਉਹਨਾਂ ਬਾਰੇ ਆਉਣ ਵਾਲੇ ਸਮੇਂ 'ਚ ਤੁਹਾਨੂੰ ਜਾਣਕਾਰੀ ਦੇਵਾਂਗੇ। ਸੁਲਤਾਨਪੁਰ ਲੋਧੀ ਕਪੂਰਥਲਾ ਵਿਖੇ ਜਿਹੜਾ ਪਿੰਡ ਬਾਬਾ ਨਾਨਕ 500 ਕਰੋੜ ਰੁਪਏ ਜਿਹਦੇ ਲਈ ਪਾਸ ਹੋਇਆ, ਉਹਦੇ ਲਈ ਪੰਜਾਬ ਸਰਕਾਰ ਨੇ ਜ਼ਮੀਨ ਅਕੁਆਇਰ ਕਰਨ ਲਈ 29 ਕਰੋੜ 24 ਲੱਖ ਰੁਪਇਆ ਜਿਹੜਾ ਉਹ ਰਿਲੀਜ਼ ਕਰ ਦਿੱਤੇ ਨੇ ਤਾਂ ਕਿ ਜ਼ਮੀਨ ਅਕੁਆਇਰ ਕਰ ਲਈ ਜਾਵੇ। ਇਹਦੇ ਵਿੱਚ ਜਿਹੜਾ ਪਿੰਡ ਬਾਬਾ ਨਾਨਕ ਬਣ ਰਿਹਾ, ਇਹ ਬਹੁਤ ਹੀ ਵਧੀਆ ਪ੍ਰੋਜੈਕਟ ਹੈ ਜਿੱਥੇ ਬਾਬਾ ਜੀ ਦੀਆਂ ਸਿੱਖਿਆਵਾਂ, ਉਹਨਾਂ ਦੀ ਜੀਵਨੀ ਬਾਰੇ ਬੜੇ ਵਧੀਆ ਤਰੀਕੇ ਨਾਲ ਸਾਰਾ ਵਿਸਥਾਰ ਵਿੱਚ ਦਿਖਾਇਆ ਜਾਊਗਾ। ਬਾਕੀ ਪੰਜਾਬ ਸਰਕਾਰ ਵੱਲੋਂ ਸਿੱਖੀ ਜਿਹੜੀ ਸਾਡਾ ਕਲਚਰ ਹੈ ਉਹਦੀ ਮਹਾਨਤਾ ਨੂੰ ਮੱਦੇਨਜ਼ਰ
ਹੋਰ ਜਿਹੜਾ ਟੂਰਿਜ਼ਮ ਨੂੰ ਵਿਕਸਿਤ ਕਰਨ ਲਈ ਐਂਗਲੋ ਸਿੱਖ ਵਾਰ ਸਰਕਟ ਨੂੰ ਪ੍ਰਮੋਟ ਕਰਨ ਲਈ ਫੈਸਲਾ ਲੈ ਗਿਆ, ਜਿਹਦੇ ਲਈ 15 ਕਰੋੜ ਰੁਪਏ ਜਿਹੜੇ ਰਾਖਵੇ ਰੱਖੇ ਗਏ। 15 ਕਰੋੜ ਰੁਪਏ ਲਗਾ ਕੇ ਜਿਹੜਾ ਐਂਗਲੋ ਸਿੱਖ ਵਾਰ ਸਰਕਟ ਹੈ ਉਹ ਜਗ੍ਹਾ ਜਗ੍ਹਾ ਉੱਤੇ ਅਸੀਂ ਸਾਰਾ ਕੁਛ ਉਹਨੂੰ ਪ੍ਰਮੋਟ ਕਰਾਂਗੇ ਤੇ ਉਹਦੀ ਸਾਂਭ ਸੰਭਾਲ ਕੀਤੀ ਜਾਊਗੀ। ਭਗਵਾਨ ਵਾਲਮੀਕਿ ਰਾਮ ਤੀਰਥ ਸਥਲ ਅੰਮ੍ਰਿਤਸਰ ਵਿਖੇ 35 ਕਰੋੜ ਦੀ ਲਾਗਤ ਨਾਲ ਪਨੋਰਮਾ ਕੰਪਲੈਕਸ ਵਿੱਚ ਅਤਿ ਆਧੁਨਿਕ ਤਕਨੀਕ ਨਾਲ ਭਗਵਾਨ ਵਾਲਮੀਕਿ ਜੀ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਦਰਸਾਉਣ ਲਈ ਜਿਹੜਾ ਪ੍ਰੋਜੈਕਟ ਆ ਉਹ ਸਾਰੀ ਅਧੀਨ ਆ। ਇਹਨੂੰ ਬੜੇ ਵਧੀਆ ਤਰੀਕੇ ਨਾਲ ਬਣਾਇਆ ਜਾ ਰਿਹਾ ਜਿੱਥੇ ਉਹਨਾਂ ਦੀ ਜੀਵਨ ਤੇ ਸਿੱਖਿਆਵਾਂ ਬਾਰੇ ਲੋਕਾਂ ਨੂੰ ਜਾਣਨ ਦਾ ਵਧੀਆ ਤਰੀਕੇ ਨਾਲ ਮੌਕਾ ਮਿਲਣਾ। ਹੋਰ ਇਸ ਤੋਂ ਬਿਨਾਂ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮੈਮੋਰੀਅਲ ਐਜ਼ ਆ ਮਿਨਿਸਟਰ ਵੀ ਮੈਂ ਹਿੱਸਾ ਲਿਆ ਤੇ ਮੇਰੀ ਟੀਮ ਸਾਰੀ ਜਿਹੜੀ ਸਮੇਂ ਸਮੇਂ ਸਿਰ ਉਹ ਜਾਂਦੀ ਰਹੀ ਹੈ। ਸੋ ਇਹ ਸਾਰੀਆਂ ਜੀ ਟੂਰਿਜ਼ਮ ਦੀਆਂ ਜਿਹੜੀਆਂ ਮੇਰੀਆਂ ਕੰਮ ਅਸੀਂ ਕਰ ਰਹੇ ਹਾਂ। ਇਸ ਤੋਂ ਬਿਨਾਂ ਜਿਹੜੇ ਅਸੀਂ ਨਵੇਂ ਸਰਕਟਸ ਬਣਾ ਰਹੇ ਹਾਂ, ਬਾਰਡਰ ਸਰਕਟ, ਐਂਗਲੋ ਸਿੱਖ ਵਾਰ ਸਰਕਟ, ਵੈਲਰ ਸਰਕਟ, ਇਹਨਾਂ ਸਰਕਟਸ ਦੇ ਵਿੱਚ ਐਡਵੈਂਚਰ ਸਰਕਟ, ਵਾਟਰ ਸਪੋਰਟਸ ਸਰਕਟ, ਜਿਹਦੇ 'ਚ ਅਸੀਂ ਅਲੱਗ ਅਲੱਗ ਤਰ੍ਹਾਂ ਦੇ ਇੱਕ ਐਪ ਵੀ ਲਾਂਚ ਕਰਾਂਗੇ ਜਿਹਦੇ 'ਚ ਸਾਰੇ ਸਰਕਟਸ ਅਲੱਗ ਅਲੱਗ ਤੌਰ 'ਤੇ ਡਿਫਾਈਨ ਹੋਣਗੇ। ਉਹਦੇ 'ਚ ਐਪ ਦੇ ਵਿੱਚ ਬੰਦੇ ਨੇ ਕਲਿੱਕ ਕਰਨਾ, ਉਹਨੂੰ ਪੂਰੇ ਪੰਜਾਬ ਦਾ ਜਿਹੜਾ ਇੱਕ ਰੋਡ ਮੈਪ ਉਹ ਦਿਖਾਈ ਦੇ ਦੇਣਾ ਕਿ ਇਹ ਸਰਕਟ ਦੇ ਵਿੱਚ ਜਾ ਕੇ ਅਸੀਂ ਉੱਥੇ ਟੂਰਿਸਟ ਗਾਈਡ ਕਿਹੜੇ ਨੇ, ਉੱਥੇ ਕੀ ਫੈਸਿਲਿਟੀਜ਼ ਆ, ਨਾਲ ਰਿਹਾਇਸ਼ ਦੀ ਜਗ੍ਹਾ ਕਿਹੜੀ ਹੈ। ਸੋ ਐਪ ਬੜੀ ਜਲਦੀ ਹੈ ਜਿਹੜੀ ਅਸੀਂ ਉਹਨੂੰ ਐਪ ਨੂੰ ਲਾਂਚ ਕਰਾਂਗੇ, ਜਿਹਦੇ ਨਾਲ ਟੂਰਿਸਟ ਨੂੰ ਵੈਰੀਫਾਈਡ ਟੂਰਿਸਟ ਗਾਈਡ ਉੱਥੇ ਮਿਲ ਜਾਣਗੇ ਅਤੇ ਲੋਕੇਸ਼ਨ ਜਾਣ ਆਉਣ ਦੇ ਵਿੱਚ ਕੋਈ ਦਿੱਕਤ ਨਹੀਂ ਆਊਗੀ। ਇਸ ਤੋਂ ਬਿਨਾਂ ਅਸੀਂ 23 ਜ਼ਿਲ੍ਹਿਆਂ ਦੇ ਵਿੱਚ ਹੈਰੀਟੇਜ ਫੈਸਟੀਵਲ ਕਰਵਾ ਰਹੇ ਹਾਂ ਬੜੀ ਜਲਦੀ। ਇਹ ਜਿਹੜਾ ਹੈਰੀਟੇਜ ਫੈਸਟੀਵਲ ਅਸੀਂ ਕਰਵਾਉਣਾ ਉਹ ਹਰ ਜ਼ਿਲ੍ਹੇ ਦੇ ਆਪਣੇ ਕਲਚਰ ਦੇ ਅਕੋਰਡਿੰਗ ਪਹਿਲੀ ਵਾਰੀ ਹੋਣਾ, ਅੱਜ ਤੱਕ ਇਹ ਪੰਜਾਬ 'ਚ ਨਹੀਂ ਹੋਇਆ ਪਹਿਲਾਂ, ਕਿ ਜਿਹੜਾ ਜ਼ਿਲ੍ਹਾ ਜਿਸ ਤਰੀਕੇ ਦਾ ਉਹਦਾ ਕਲਚਰ ਆ ਉਹੋ ਜਿਹਾ ਹੀ ਉੱਥੇ ਮੇਲਾ ਕਰਵਾਇਆ ਜੋ। ਇਹਦੇ ਲਈ ਅਸੀਂ ਵਧੀਆ ਫੰਡਸ ਆ ਜਿਹੜੇ ਹਰ ਡਿਸਟ੍ਰਿਕਟ ਦੇ ਵਿੱਚ ਪ੍ਰੋਵਾਈਡ ਕਰਵਾਵਾਂਗੇ। ਇਸ ਤੋਂ ਬਿਨਾਂ ਅਸੀਂ ਜਿਹੜੇ ਮੁਕਾਬਲੇ ਨੇ ਕਲਚਰ ਦੇ, ਜ਼ਿਲ੍ਹੇ ਪੱਧਰ ਤੋਂ ਲੈ ਕੇ ਸਟੇਟ ਪੱਧਰ ਤੱਕ ਜਿਹੜੇ ਕਲਚਰ ਨੂੰ ਪ੍ਰਮੋਟ ਕਰਨ ਲਈ ਮੁਕਾਬਲੇ ਕਰਵਾਵਾਂਗੇ। ਕਲਚਰ ਵੀ ਕਰਕੇ ਕੰਸੈਪਟ ਆ ਜਿਹੜੇ ਪੁਰਾਣੀਆਂ ਲੋਕ ਖੇਡਾਂ, ਪੁਰਾਣੀ ਕਲਚਰ ਨੂੰ ਪ੍ਰਮੋਟ ਕਰਨ ਲਈ ਉਹ ਬੜੀ ਛੇਤੀ ਇਸ ਸਾਲ ਹੋਰ ਜ਼ਿਆਦਾ ਜਿਹੜੇ ਫੋਰਸ ਨਾਲ ਸਾਰਾ ਕੰਮ ਕਰਾਂਗੇ। ਸੋ ਇਹੋ ਜਿਹੇ ਬਹੁਤ ਸਾਰੇ ਕੰਮ ਨੇ ਜੀ। ਅਗਲੇ ਸਾਲ ਜਦੋਂ 1 ਸਾਲ ਦਾ ਵੇਰਵਾ ਆਪਾਂ ਪੇਸ਼ ਕੀਤਾ ਤੇ ਮੈਂ ਪੰਜਾਬੀਆਂ ਨੂੰ ਵਿਸ਼ਵਾਸ ਦਿਵਾਉਣੀ ਹੈ ਕਿ ਇਸ ਤੋਂ ਵੀ ਹੋਰ ਜ਼ਿਆਦਾ ਜਿਹੜੇ ਕੰਮ ਆ ਤੁਹਾਨੂੰ ਦੇਖਣ ਨੂੰ ਮਿਲਣਗੇ। ਟੂਰਿਜ਼ਮ ਦੇ ਵਿੱਚ ਸਾਰਾ ਕੁਛ ਠੀਕ ਕਰ ਰਹੇ ਹਾਂ ਤੇ ਬੜੇ ਵਧੀਆ ਤਰੀਕੇ ਨਾਲ ਲੱਗੇ ਹੋਏ ਹਾਂ ਟੂਰਿਜ਼ਮ ਨੂੰ, ਕਿਉਂਕਿ ਕਿਸੇ ਵੀ ਸਰਕਾਰ ਨੇ ਅੱਜ ਤੱਕ ਟੂਰਿਜ਼ਮ ਦੇ ਵਿਕਾਸ ਲਈ ਇਹਨੂੰ ਸੀਰੀਅਸ ਨਹੀਂ ਲਿਆ, ਇਸ ਮਹਿਕਮੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਪਰ ਟੂਰਿਜ਼ਮ ਇਹੋ ਜਿਹਾ ਮਹਿਕਮਾ ਜਿਹੜਾ ਪੰਜਾਬ ਦੇ ਹਾਲਾਤਾਂ ਨੂੰ ਟੋਟਲੀ ਬਦਲ ਸਕਦਾ, ਪੰਜਾਬ ਦੇ ਸਿਸਟਮ ਨੂੰ ਟੋਟਲੀ ਬਦਲ ਸਕਦਾ। ਟੂਰਿਜ਼ਮ ਵੱਧ ਗਿਆ ਤੇ ਇੰਡਸਟਰੀ ਦਾ ਵੀ ਜਿਹੜਾ ਆਉਣਾ ਉਹ ਜ਼ਿਆਦਾ ਹੋ ਜਾਣਾ। ਸੋ ਇਹਦੇ ਲਈ ਮਿਹਨਤ ਜਿਹੜੇ ਸਾਡੇ ਸੀਐਮ ਸਾਹਿਬ ਪਰਸਨਲੀ ਜਿਹੜਾ ਟੂਰਿਜ਼ਮ ਨੂੰ ਪ੍ਰਮੋਸ਼ਨ ਨੂੰ ਲੈ ਕੇ ਬਹੁਤ ਜ਼ਿਆਦਾ ਕਾਰਜਸ਼ੀਲ ਨੇ। ਇਸ ਤੋਂ ਬਾਅਦ ਹੈ ਜੀ ਮੇਰਾ ਅਗਲਾ ਮਹਿਕਮਾ ਲੇਬਰ, ਬਹੁਤ ਹੀ ਮਹੱਤਵਪੂਰਨ ਮਹਿਕਮਾ ਜਿਹਦੇ ਨਾਲ ਸਾਡੇ ਕੀਰਤੀ ਲੋਕ ਜਿਹੜੇ ਜੁੜੇ ਹੋਏ ਨੇ, ਜਿਹੜੇ ਸਾਰੇ ਇਨਫਰਾਸਟ੍ਰਕਚਰ ਨੂੰ ਸਿਸਟਮ ਨੂੰ ਚਲਾਉਂਦੇ ਨੇ, ਜਿਨ੍ਹਾਂ ਦੇ ਸਿਰ ਉੱਤੇ ਆ ਸਾਰੀਆਂ ਬਿਲਡਿੰਗਸ, ਸਾਰਾ ਕੁਝ ਸਾਨੂੰ ਦੇਖਣ ਨੂੰ ਮਿਲਦਾ ਹੈ, ਦਿਨ ਰਾਤ ਮਿਹਨਤ ਕਰਨ ਵਾਲੇ। ਸੋ ਇਹਦੇ 'ਚ ਅਸੀਂ 1,36,000 ਜਿਹੜੇ ਨਵੇਂ ਕੀਰਤੀ ਨੇ ਰਜਿਸਟਰ ਕੀਤੇ ਨੇ। ਸਾਡਾ ਮੈਂ ਤੁਹਾਨੂੰ 2021-22 ਦਾ ਤੇ 2023-24 ਦਾ ਫਰਕ ਦੱਸਦੀ ਹਾਂ ਜੀ। ਅਸੀਂ 2021-22 ਵਿੱਚ 2022 ਦੇ ਵਿੱਚ 61,764 ਲੋਕਾਂ ਨੂੰ ਸਹੂਲਤਾਵਾਂ ਦਿੱਤੀਆਂ, ਭਲਾਈ ਸਕੀਮਾਂ ਦਿੱਤੀਆਂ, ਜਿਹਦੇ ਤੇ 86,63,00,000 ਰੁਪਇਆ ਖਰਚ ਕੀਤਾ ਗਿਆ। ਜੇ ਮੈਂ 2021-22 ਪਿਛਲੀ ਸਰਕਾਰ ਦੀ ਗੱਲ ਕਰਾਂ ਤਾਂ ਉਹਨਾਂ ਨੇ 16,905 ਲੋਕਾਂ ਨੂੰ 33 ਕਰੋੜ ਵੰਡਿਆ ਸੀ, ਤਕਰੀਬਨ 53 ਕਰੋੜ ਦਾ ਵਾਧਾ। 16,000 ਲੋਕਾਂ ਨੂੰ 33 ਕਰੋੜ, ਇੱਕ ਸਾਲ ਤੋਂ ਬਾਅਦ ਅਸੀਂ 61,764 ਲੋਕਾਂ ਨੂੰ 86,86 ਕਰੋੜ ਦੇ ਤਕਰੀਬਨ ਜਿਹੜਾ ਪੈਸਾ ਵੰਡਿਆ, ਜਿਹੜਾ ਕਿ 3.5 ਗੁਣਾ ਤੋਂ ਵੱਧ ਹੈ। ਤੇ ਇਹਦੇ 'ਚ ਹੋਰ ਵੀ ਕੰਮ ਕਰਨ ਦੀ ਜ਼ਰੂਰਤ ਆ। ਇਸ ਦੇ ਵਿੱਚ ਅਸੀਂ ਹੋਰ ਜਿਹੜਾ ਇਸ ਅੰਕੜੇ ਨੂੰ 10 ਲੱਖ ਤੱਕ ਸਾਡਾ ਜਿਹੜਾ ਟਾਰਗੇਟ ਆ ਲੈ ਕੇ ਜਾਣਾ ਹੈ ਜੀ। ਇਸ ਤੋਂ ਬਿਨਾਂ ਜਿਹੜੀਆਂ ਮਿਨੀਮਮ ਵੇਜਿਸ
2 साल दियां इंक्रीज नहीं हुई सी, असी 27 रुपए 50 पैसे पर डे 714 रुपए पर मंथ अनस्किल लेबर की जिहड़ी वेजेस ने ਉਹ ਆਉਂਦੇ ਵਧਾਈਆਂ 99,07 ਰੁਪਏ ਹੁਣ ਜਿਹੜਾ ਹੈਗਾ ਫਿਕਸ ਰੇਟ ਆ ਐਗਰੀਕਲਚਰ ਇਸ ਤਰੀਕੇ ਐਗਰੀਕਲਚਰ ਵਰਕਰ ਦੀਆਂ ਜਿਹੜੀਆਂ ਦਰਾਂ ਅਸੀਂ 2 ਸਾਲਾਂ ਤੋਂ ਬਾਅਦ 2020 ਤੋਂ ਬਾਅਦ ਅਸੀਂ ਰਿਵਾਈਜ਼ ਕੀਤੀਆਂ 397 ਰੁਪਏ ਜਿਹੜੇ ਪਰ ਡੇ ਉਹ ਹੋ ਗਏ ਆ ਤੇ ਮੋਬਾਈਲ ਐਪ ਅਸੀਂ ਇੰਗਲਿਸ਼ ਪੰਜਾਬੀ ਤੇ ਹਿੰਦੀ ਦੇ ਵਿੱਚ ਜਿਹੜੀ ਲਾਂਚ ਕੀਤੀ ਪਹਿਲੀ ਵਾਰ ਹੋਇਆ ਕਿ ਕਿਰਤੀਆਂ ਦੇ ਲਈ ਤਾਂਕਿ ਉਹਨਾਂ ਦੀ ਜਿਹੜੀ ਵਾਰੀ ਵਾਰੀ ਸੇਵਾ ਕੇਂਦਰਾਂ ਤੇ ਜਾਣਾ ਜਾਂ ਉਹਨਾਂ ਨੂੰ ਪਰੇਸ਼ਾਨੀ ਆਉਣੀ ਹੈ ਮਿਡਲ ਮੈਨ ਨੂੰ ਆਊਟ ਕਰਨ ਵਾਸਤੇ ਹਰ ਕਿਰਤੀ ਆਪਣੇ ਫੋਨ ਦੇ ਵਿੱਚ ਇਹ ਐਪ ਨੂੰ ਡਾਊਨਲੋਡ ਕਰੇ ਅਸੀਂ ਇਹਦਾ ਅਵੇਅਰਨੈਸ ਕੈਂਪਸ ਲਗਭਗ ਅਸੀਂ ਜਿਹੜੇ 655 ਕੈਂਪ ਆਲਰੇਡੀ ਲਾ ਚੁੱਕੇ ਆ ਤੇ ਹੋਰ ਕੈਂਪ ਵੀ ਲਾ ਰਹੇ ਹਾਂ ਇਹ ਐਪ ਦੇ ਵਿੱਚ ਤੁਸੀਂ ਰਜਿਸਟ੍ਰੇਸ਼ਨ ਵੀ ਕਰਾ ਸਕਦੇ ਹੋ ਤੇ ਜਿਹੜੀਆਂ ਭਲਾਈ ਸਕੀਮਾਂ ਉਹਦੇ ਲਈ ਅਪਲਾਈ ਵੀ ਕਰ ਸਕਦੇ ਹੋ ਇਸ ਤੋਂ ਬਿਨਾਂ ਜੀ